सत श्री अकाल दोस्तों, तुसी देख रहे हो देसी टेलीविजन। आई होप के ठीक ठाक होवोगे। तुसी गाना तो सुनिया होवेगा, लैला वे सरपंची सरकारी पैसा खावांगे। दोस्तों बहुत सारे पिंडां दे विच सरपंच चुने जांदे आ, पंच चुने जांदे आ, बहुत सारे लोकां दे जिहड़े काम आ हो जांदे ने, कईआं दे नहीं हुंदे। ते अज आपां आए आ पिंड लोहा खेड़े ते साडे नाल मौजूद ने जग्गी सरपंच, ते आपां उहनां नाल गल्लबात करदे आ। उहनां दी सरपंची बारे आपां गल्लबात कर देंगे, लोगों को कहड़ियां सहूलतां मिलदियां ने उहदे बारे आपां गल्लबात कर देंगे, जां जिहड़े पिंडां दे विच सरपंच लोगों के काम नहीं करते तो वह अपने काम किवें करवा सकते हैं, आपां सारी जानकारी लवांगे। भाई जी पहला तां तुहाडा साडे चैनल ते बहुत बहुत स्वागत है। ਭਾਈ ਜੀ ਮੈਂ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਦੇਸੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਹਾਂਜੀ ਭਾਈ ਜੀ, ਇਹ ਦੱਸੋ ਪਹਿਲਾਂ ਕਿੰਨਾ ਤੁਸੀਂ ਪੜ੍ਹੇ ਲਿਖੇ ਹੋ, ਕੀ ਸਟੱਡੀ ਕੀਤੀ ਹੈ ਤੁਹਾਡੀ? ਬਾਈ ਜੀ ਮੈਂ BA ਕੀਤੀ ਹੋਈ ਹੈ ਜੀ। ਠੀਕ ਹੈ। ਕਿੰਨਾ ਟਾਈਮ ਤੁਹਾਨੂੰ ਸਰਪੰਚ ਬਣਿਆ ਨੂੰ ਹੋ ਗਿਆ? ਤੇ ਤੁਹਾਡੇ ਕਿੰਨੇ ਜਿਹੜੇ ਸਾਲ ਨੇ ਉਹ ਹਜੇ ਬਾਕੀ ਰਹਿੰਦੇ ਨੇ? ਸਰਪੰਚੀ ਬਾਈ ਮੈਨੂੰ 4 ਸਾਲ ਪੂਰੇ ਹੋ ਚੁੱਕੇ, 1 ਸਾਲ ਬਾਕੀ ਰਹਿੰਦਾ ਹੈਗਾ। ਮੰਨ ਲਓ 1 ਸਾਲ ਤੁਹਾਡਾ ਹਜੇ ਬਾਕੀ ਹੈਗਾ। ਹਾਂਜੀ 1 ਸਾਲ ਬਾਕੀ ਰਹਿੰਦਾ ਬਾਈ। ਇੱਕ ਸਰਪੰਚ ਸਾਹਿਬ ਇਹ ਦੱਸੋ, ਮੰਨ ਲਓ ਤੁਸੀਂ 4 ਸਾਲ ਸਰਪੰਚ ਬਣੇ ਨੂੰ ਹੋ ਗਏ। ਹਾਂਜੀ ਹਾਂਜੀ ਬਾਈ। ਤੇ 4 ਸਾਲਾਂ ਦੇ ਵਿੱਚ ਤੁਸੀਂ ਪਿੰਡ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਚੁੱਕੇ ਹੋ ਤੇ ਕਿਹੜੇ ਕੰਮ ਤੁਹਾਡੇ ਹਜੇ ਬਾਕੀ ਰਹਿੰਦੇ? ਤੁਸੀਂ ਅਸੀਂ ਇਹ ਕੰਮ ਜਿਹੜੇ ਕਰਨੇ ਆਂਗੇ। ਹਾਂਜੀ ਬਾਈ, ਪਿੰਡਾਂ ਦੇ ਲਗਭਗ 70% ਕੰਮ ਪਿੰਡ ਦੇ ਨਿਪਟਾ ਚੁੱਕੇ ਆਂਗੇ। ਠੀਕ ਹੈ ਜੀ। ਜਿਵੇਂ ਡਿਸਪੈਂਸਰੀ ਹੋ ਗਈ ਬਾਈ, ਹਨਾ। ਹਾਂਜੀ ਹਾਂਜੀ। ਬੱਸ ਸਟੈਂਡ ਹੋ ਗਿਆ, ਮੰਡੀ ਦਾ ਫੜ ਹੋ ਗਿਆ ਬਾਈ। ਹਾਂਜੀ। ਤੇ ਖੇਡਣ ਲਈ ਵਾਲੀਬਾਲ ਦਾ ਗਰਾਊਂਡ ਹੋ ਗਿਆ। ਹਾਂਜੀ। ਬਾਕੀ ਬਈ ਆ ਗਲੀਆਂ ਦਾ ਚੱਲੀ ਜਾਂਦਾ, 43 ਗਲੀਆਂ ਬਣ ਗਈਆਂ। ਹਾਂਜੀ। ਤੇ 7 ਗਲੀਆਂ ਰਹਿ ਗਈਆਂ, ਪ੍ਰਮਾਤਮਾ ਸੁੱਖ ਰੱਖੇ, ਆਉਣ ਵਾਲੇ 1 ਸਾਲ ਦੇ ਵਿੱਚ ਉਹ ਵੀ ਬਣਾ ਦਾਂਗੇ। ਠੀਕ ਹੈ ਜੀ। ਮੰਨ ਲਓ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਅਸੀਂ ਪਿੰਡ ਦੇ ਵਿੱਚ ਛੜਿਆ ਕੰਮ ਰਹਿੰਦੇ ਅਸੀਂ ਉਹ ਕਰਨੇ ਆ? ਹਾਂਜੀ ਬਈ, ਕੰਮ ਰਹਿੰਦੇ ਹਨ, ਸਰਕਾਰ ਨੂੰ ਮੰਗਾਂ ਵੀ ਉਦੋਂ ਦੀ ਰੱਖੀ ਜਾਂਦੇ ਹੈਗੇ, ਜਿਵੇਂ ਪਸ਼ੂ ਹਸਪਤਾਲ ਰਹਿੰਦਾ ਹੈਗਾ। ਹਾਂਜੀ। ਸਾਡਾ ਸਕੂਲ ਆ, ਉਹਦਾ ਸਾਡੇ ਪਿੰਡੋਂ ਮੁੰਡਾ ਸ਼ਹੀਦ ਹੋਇਆ ਸੀ, ਕਰਨੈਲ ਸਿੰਘ, ਉਹਦੇ ਨਾਮ ਤੇ ਰੱਖ ਕੇ ਉਹਨੂੰ ਬਈ ਅਪਗ੍ਰੇਡ ਕਰਕੇ +2 ਦਾ ਕੀਤਾ ਜਾਵੇ। ਹਾਂਜੀ। ਤੇ ਬਾਕੀ ਬਈ ਸੜਕ ਦਾ ਹਨਾ ਜੋ ਬੜਬਰ ਨੂੰ ਜਾਂਦੀ ਹੈਗੀ ਉਹ ਰਹਿੰਦੀ ਹੈਗੀ। ਸਾਡੇ ਤੁਹਾਨੂੰ ਹੋਰ ਦੱਸਾਂ ਵੀ ਲੌਂਗੋਵਾਲ ਨੂੰ ਚਲੇ ਜਾਓ ਜਾਂ ਤਕੀਪੁਰ ਨੂੰ ਚਲੇ ਜਾਓ, ਬੁੱਗਰ ਨੂੰ ਚਲੇ ਜਾਓ, ਮੰਡੇਰ ਕਲਾਂ ਨੂੰ ਚਲੇ ਜਾਓ, ਸਾਰੀਆਂ ਸੜਕਾਂ ਪਿੰਡ ਦੀ ਫਿਰਨੀ ਦੇ ਕੰਮ ਚੱਲੂ ਬਈ। ਹੁਣ 18 ਫੁੱਟੀਆਂ ਬਣ ਚੁੱਕੀਆਂ ਨੇ, ਬਾਕੀ ਕੁਝ ਕੰਮ ਚੱਲ ਰਿਹਾ ਹਲੇ। ਦੂਜਾ ਸਰਪੰਚ ਸਾਹਿਬ ਇਹ ਦੱਸੋ, ਮੰਨ ਲਓ ਤੁਹਾਨੂੰ ਜਿਹੜੀ ਸਰਪੰਚ ਬਣਦਾ ਸੀਗਾ ਤੁਹਾਡੇ ਮਨ ਇਹ ਕਦੋਂ ਪੈਦਾ ਹੋਇਆ ਵੀ ਅਸੀਂ ਸਰਪੰਚ ਪਿੰਡ ਦਾ ਸਰਪੰਚ ਹੀ ਬਣਨਾਗਾ? ਬਈ ਸਾਡਾ ਨਾ ਅਸਲ 'ਚ ਪਿੰਡ ਪਸੜੇ ਜੇ ਪਿੰਡਾਂ 'ਚ ਆਉਣ ਲੱਗ ਗਿਆ ਸੀ, ਕੋਈ ਵੀ ਸਹੂਲਤ ਨਹੀਂ ਸੀ, ਜਿਹੜਾ ਇੱਕ ਪਾਣੀ ਵਾਲੀ ਟੈਂਕੀ ਵੀ ਨਹੀਂ ਸੀ। ਹਾਂਜੀ। ਜਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਮੈਂ ਡੈੱਡ ਬੋਡੀ ਵਾਲਾ ਫ੍ਰਿਜ ਵੀ ਨਹੀਂ ਸਾਡੇ ਪਿੰਡ 'ਚ। ਹਾਂਜੀ। ਅਸੀਂ ਇਹ ਛੋਟੇ ਛੋਟੇ ਚੀਜ਼ਾਂ ਨਾਲ ਲਵੇ, ਜਿਨ੍ਹਾਂ ਦੇ ਪਿੰਡ 'ਚ 600-600 ਵੋਟ ਆ ਉੱਥੋਂ ਮੰਗਣ ਜਾਂਦੇ, ਬਲਕਿ ਸਾਡੇ ਪਿੰਡ ਦੀ 2200 ਵੋਟ ਹੈਗੀ। ਠੀਕ ਹੈ। ਉੱਥੋਂ ਬਈ ਬਸਰਮੀ ਜਿਹੜੀ ਗੱਲ ਹੋਈ ਹੈ ਨਾ ਵੀ ਜਦੋਂ ਕਈ ਵਾਰ ਚੀਜ਼ ਮੰਗਣ ਜਾਂਦੇ, ਮੈਂ ਬਈ ਸੋਚਿਆ ਨਾ ਮੈਂ ਸਰਪੰਚ ਬਣਾਂਗਾ ਵੀ ਕੁਛ ਜਿਹੜੀਆਂ ਵੀ ਲੋੜਾਂ ਨੇ ਉਹ ਪੂਰੀਆਂ ਕਰਾਂਗੇ ਪਿੰਡ ਦੀਆਂ, ਤੇ ਬਈ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀਆਂ ਜਿਹੜੀਆਂ ਛੋਟੀਆਂ ਲੋੜਾਂ ਸੀ ਉਹ ਪੂਰੀਆਂ ਹੋ ਵੀ ਚੁੱਕੀਆਂ ਨੇ। ਠੀਕ ਹੈ ਜੀ। ਜਿਵੇਂ ਤੁਹਾਨੂੰ ਦੱਸਿਆ ਵੀ ਡਿਸਪੈਂਸਰੀ ਵਗੈਰਾ ਸਾਡੇ ਪਿੰਡ 'ਚ ਵਧੀਆ ਬਣ ਚੁੱਕੀ ਹੈਗੀ। ਹਾਂਜੀ। ਸਰਪੰਚ ਸਾਹਿਬ ਇਹ ਦੱਸੋ, ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਬਣ ਜਾਂਦੇ ਨੇ ਤੇ ਪਿੰਡਾਂ ਦੇ ਵਿੱਚ ਸਿਰਫ ਗਲੀਆਂ ਜਾਂ ਨਾਲੀਆਂ ਦਾ ਜਿਹੜਾ ਉਹ ਕਹਿੰਦੇ ਵੀ ਵਿਕਾਸ ਅਸੀਂ ਕਰਤਾ, ਤੇ ਜਿਹੜੇ ਪਿੰਡ ਦੇ ਬਾਕੀ ਕੰਮ ਹੁੰਦੇ ਨੇ, ਕਿਸੇ ਦੀ ਕੋਈ ਬੁਢਾਪਾ ਪੈਨਸ਼ਨਾਂ, ਕੋਈ ਸਾਗਣ ਸਕੀਮਾਂ, ਉਹ ਸਹੂਲਤਾਂ ਦੇ ਜਿਹੜੇ ਲੋਕ ਨੇ ਉਹ ਵਾਂਝੇ ਰਹਿ ਜਾਂਦੇ ਨੇ, ਤੇ ਇਸ ਕਰਕੇ ਸਰਪੰਚ ਚੁਣਦੇ ਨੇ ਵੀ ਸਾਡਾ ਜਿਹੜਾ ਕੋਈ ਕੰਮ ਕਰਵਾ ਦੂਗਾ ਸਾਡਾ ਭਲਾ ਹੋ ਜਾਊਗਾ। ਪਰ ਉਹ ਚੀਜ਼ਾਂ ਤੋਂ ਮੰਨ ਲਓ ਜੇ ਕਿਸੇ ਨੇ ਉਹ ਸਹੂਲਤਾਂ ਨੇ ਤਾਂ ਲੋਕ ਕਿਹੜੇ ਸਰਪੰਚ ਤੋਂ ਕਿਹੜੀਆਂ ਸਹੂਲਤਾਂ ਲੈ ਸਕਦੇ ਨੇ? ਬਈ ਸਰਪੰਚ ਸਾਰੀਆਂ ਸਹੂਲਤਾਂ ਦਵਾ ਸਕਦਾ ਹੈਗਾ, ਜਿਵੇਂ ਕੋਈ ਪੈਨਸ਼ਨ ਹੋ ਗਈ, ਬੁਢਾਪਾ ਪੈਨਸ਼ਨ ਹੋ ਗਈ, ਵਿਧਵਾ ਪੈਨਸ਼ਨ ਹੋ ਗਈ, ਜਾਂ ਸਾਗਣ ਸਕੀਮ ਦੀ ਫਾਈਲ ਹੋ ਗਈ। ਇੱਕ ਆਮ ਬੰਦਾ ਹੁੰਦਾ ਬਈ, ਉਹਨੂੰ ਨਹੀਂ ਪਤਾ ਹੁੰਦਾ ਕਿੱਥੋਂ ਫਾਰਮ ਮਿਲਣੇ ਆ, ਕਿੱਥੇ ਫਾਰਮ ਭਰਨੇ ਆ, ਜਾਂ ਜਦੋਂ ਫਾਰਮ ਭਰਨ ਜਾਂਦਾ ਕੋਈ ਕਾਗਜ਼ਾਂ ਪੱਤਰਾਂ 'ਚ ਘਾਟ ਰਹਿ ਜਾਂਦੀ ਹੈ, ਜਿਵੇਂ ਮੰਨ ਲਓ ਹੁਣ ਤੁਸੀਂ ਸਾਗਣ ਸਕੀਮ ਹੀ ਭਰਨੀ ਆ ਫਾਈਲ। ਹਾਂਜੀ। ਇਹ ਕੌਣ ਭਰਦਾ ਬਈ? ਇਹ ਅਨਪੜ੍ਹ ਗਰੀਬ ਲੋਕ ਹੁੰਦੇ ਆ ਨਾ ਜਿਨ੍ਹਾਂ ਨੇ ਭਰਨੇ ਹੁੰਦੇ ਹੈਗੇ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਪਟਵਾਰਖਾਨੇ ਵੀ ਨਹੀਂ ਕਿਤੇ ਗਏ ਹੁੰਦੇ ਵੀ ਪਟਵਾਰੀ ਤੋਂ ਸਾਈਨ ਕਿੱਥੇ ਕਰਾਉਣੇ ਆ, ਤਹਿਸੀਲਦਾਰ ਤੋਂ ਕਰਵਾਉਣੇ ਆ। ਹੁਣ ਜਿਹੜਾ ਸਰਪੰਚ ਹੁੰਦਾ ਉਹਦਾ ਡੇਲੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈਗਾ। ਜਿਵੇਂ ਬਈ ਸਾਡੇ ਪਿੰਡ 'ਚ ਕੋਈ ਵੀ ਵਿਆਹ ਹੁੰਦਾ ਨਾ, ਮੈਂ ਅਗਲੇ ਨੂੰ ਆਪ ਫੋਨ ਕਰਦਾ ਵੀ ਤੁਹਾਡੀ ਕੁੜੀ ਦਾ ਬਈ ਵਿਆਹ ਹੈਗਾ, ਮੈਨੂੰ ਤੁਸੀਂ ਆਹ ਪ੍ਰੂਫਾਂ ਦੇ ਫੋਟੋ ਸਟੇਟਾਂ ਦੇ ਜਾਓ, ਆਪੇ ਪਟਵਾਰੀ ਤੋਂ ਸਾਈਨ ਕਰਾ ਕੇ, ਆਪੇ ਤਹਿਸੀਲਦਾਰ ਤੋਂ ਸਾਈਨ ਕਰਵਾ ਕੇ, ਸੰਗਰੂਰ ਜਾਂਦੇ ਆਉਂਦੇ ਰਹਿਣੇ ਹਨਾ ਵੀ ਉੱਥੇ ਜਮ੍ਹਾਂ ਕਰਵਾਏ ਆਉਣੇ ਆ। ਜੇ ਕਈ ਵਾਰ ਨਹੀਂ ਵੀ ਆਉਣਾ ਜਾਣਾ ਹੁੰਦਾ ਨਾ ਤਾਂ ਡੇਟ ਲੰਘਦੀ ਹੋਵੇ ਫਾਈਲ ਦੀ, ਤਾਂ ਉਹ ਆਪ ਜਾ ਕੇ ਸਪੈਸ਼ਲ ਵੀ ਜਮ੍ਹਾਂ ਕਰਵਾਏ ਆਉਣੇ। ਕਿੱਡੀ ਗੱਲ ਆ ਬਈ, 50 ਰੁਪਏ ਦਾ ਪੈਟਰੋਲ ਮੁੱਕ ਕੇ ਜਾਂਦਾ ਨਾ, ਕਿਸੇ ਨੂੰ 51,000 ਦੀ ਸਹੂਲਤ ਆਪਣੇ ਕਰਕੇ ਮਿਲਦੀ ਹੈਗੀ, ਬਹੁਤ ਵੱਡੀ ਗੱਲ ਹੈ। ਇਹ ਕਿੰਨਾਂ ਨੂੰ ਮਿਲਦੀ ਹੈ ਜਿਹੜੀ ਸਾਗਣ ਸਕੀਮ? ਇਹ ਸਾਗਣ ਸਕੀਮ ਦੀ ਸਹੂਲਤ ਬਈ ਕੋਈ ਵੀ ਲੈ ਸਕਦਾ ਹੈਗਾ, ਇਹਦੇ 'ਚ ਕੋਈ ਜਾਤੀ ਸੂ ਨਹੀਂ ਹੈਗਾ, ਇਹਦੇ 'ਚ ਕੋਈ ਸ਼ਰਤ ਆ ਵੀ ਬੰਦੇ ਦੀ ਆਮਦਨ ਆ ਜਿਹੜੀ 30,000 ਤੋਂ ਘੱਟ ਹੋਣੀ ਚਾਹੀਦੀ, ਜਿਹੜੀ ਜ਼ਮੀਨ ਆ ਮੰਨ ਲਓ ਨਾ ਆਮਦਨ ਤਾਂ ਚਲੋ ਸਭ ਦੀ ਹੁੰਦੀ ਆ ਵਧਣ, ਜਿਹੜੀ ਜ਼ਮੀਨ ਆ ਵੀ 1-1.5 ਕਿੱਲਾ ਜ਼ਮੀਨ ਹੋਵੇ। ਠੀਕ ਹੈ। ਇਹਦੇ ਵਾਸਤੇ ਮਾਝ ਵੀ ਸਿੱਖ ਹਨਾ, ਰਵਿਦਾਸੀ ਸਿੱਖ ਜਾਂ ਕੋਈ ਆਪਣੇ BC ਜਾਂ ਜਰਨਲ ਆ ਗਏ, ਸਾਰੀ ਲੈ ਸਕਦੇ ਸਹੂਲਤਾਂ, ਪੈਨਸ਼ਨ ਵੀ ਸਭ ਦੀ ਲੱਗਦੀ ਆ ਬਾਈ। ਠੀਕ ਹੈ। ਮਤਲਬ ਜਿਹੜੀ ਬੁਢਾਪਾ ਪੈਨਸ਼ਨ ਲੱਗਦੀ ਆ, ਹਾਂਜੀ ਹਾਂਜੀ, ਉਹਦੀ ਉਮਰ ਕਿੰਨੀ, ਮਤਲਬ ਜੇ ਕੋਈ ਲਵਾਉਣਾ ਚਾਹੁੰਦਾ ਉਹਦੀ ਉਮਰ ਕਿੰਨੀ ਹੁੰਦੀ ਆ? ਬੁਢਾਪਾ ਪੈਨਸ਼ਨ 'ਚ ਬਾਈ ਜ਼ਮੀਨ ਹੈ ਜਿਹੜੀ 2.5 ਕਿੱਲਿਆਂ ਤੋਂ ਥੱਲੇ ਹੋਵੇ। ਠੀਕ ਹੈ। ਤੇ
ਇੱਕ ਸਰਪੰਚ ਸਾਹਿਬ ਇਹ ਦੱਸੋ ਵੀ ਬਹੁਤ ਸਾਰੇ ਥਾਵਾਂ ਦੇ ਉੱਪਰ ਜਿਹੜਾ ਨਰੇਗਾ ਦਾ ਕੰਮ ਚੱਲਦਾ ਹੁੰਦਾ ਤੇ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਨਰੇਗਾ ਦੇ ਵਿੱਚ ਜਿਹੜੇ ਜਾਲੀ ਦਿਹਾੜੀਆਂ ਬਹੁਤ ਪੈਂਦੀਆਂ ਨੇ ਇਹਦਾ ਕੀ ਚੱਕਰ ਹੁੰਦਾ ਬਿਲਕੁਲ ਪੈਂਦੀਆਂ ਨੇ ਬਾਈ ਸਰਪੰਚ ਬਣ ਗਿਆ ਨਾ ਸਰਪੰਚਾਂ ਦੇ ਖੇਤਾਂ ਦੇ ਲਈ ਫਿਰਦੇ ਆ ਨਰੇਗਾ ਵਾਲਿਆਂ ਨੂੰ ਹਾਂਜੀ ਜਾਂ ਕੋਈ ਪਿੰਡ ਦੇ ਕੰਮ ਕਰਵਾਉਂਦੇ ਨੀ ਹੈਗੇ ਕੋਈ ਜਿਹੜੇ ਕੰਮ ਪਾਸ ਹੋ ਜਾਂਦਾ ਉੱਥੇ ਕਰਵਾਉਂਦੇ ਨੀ ਹੋਰ ਕੰਮਾਂ ਤੇ ਲਈ ਫਿਰਦੇ ਹੈਗੇ ਇਹ ਤਾਂ ਬਾਈ ਮੈਂ ਪਹਿਲਾਂ ਇੱਕ ਵੀਡੀਓ ਪਾਈ ਹੈਗੀ ਤੁਸੀਂ ਨਰੇਗਾ ਆਨਲਾਈਨ ਵੀ ਚੈੱਕ ਕਰ ਸਕਦੇ ਹੋਗੇ ਗੂਗਲ ਤੇ ਜਾ ਕੇ ਨਰੇਗਾ ਭਰ ਕੇ ਵੀ ਤੁਹਾਡੇ ਪਿੰਡ 'ਚ ਕਿਹਦੀ ਕਿਹਦੀ ਦਿਹਾੜੀ ਪੈਂਦੀ ਹੈਗੀ ਕਈ ਸਰਪੰਚ ਤਾਂ ਆਪਦੇ ਘਰਦਿਆਂ ਦੀ ਦਿਹਾੜੇ ਪਾਈ ਜਾਂਦੇ ਹਨਾ ਜਾਂ ਆਪਦੇ ਕੋਈ ਖਾਸ ਯਾਰ ਦੋਸਤ ਉਹਨਾਂ ਨੂੰ ਦਿਹਾੜੀ ਪਾਉਂਦੇ ਆ ਬਾਅਦ 'ਚ ਰੁਪਈਏ ਫੜ ਲੈਂਦੇ ਆ 70% ਸਰਪੰਚ ਬਈ ਜਾਲੀ ਦਿਹਾੜੀਆਂ ਪਾਉਂਦੇ ਹੈਗੇ ਤੁਸੀਂ ਤੁਹਾਡੇ ਪਿੰਡ ਦਾ ਜਦੋਂ ਮਰਜ਼ੀ ਡਾਟਾ ਚੈੱਕ ਕਰ ਲਓ ਖੋਲ ਕੇ ਹਾਂਜੀ ਹਾਂ ਇਹ ਨਰੇਗਾ ਤੋਂ ਮਤਲਬ ਕਿਹੜੇ ਕਿਹੜੇ ਕੰਮ ਕਰਵਾਉਂਦੇ ਨਰੇਗਾ ਤੋਂ ਬਈ 32 ਕੰਮ ਮਟੀਰੀਅਲ ਦੇ ਆਪਾਂ ਪੰਜਾਬ 'ਚ ਲੈ ਸਕਦੇ ਹਾਂਗੇ ਨਰੇਗਾ ਇਕੱਲੀ ਇਹ ਨਹੀਂ ਵੀ ਟੋਭੇ ਪੱਟਣ ਵਾਸਤੇ ਜਾਂ ਕੱਚੀ ਨਹਿਰੀ ਖਾਲ ਕੱਢਣ ਵਾਸਤੇ ਆ ਹਾਂਜੀ ਨਰੇਗਾ 'ਚੋਂ ਬਈ ਆਪਾਂ ਗਲੀਆਂ ਨਾਲੀਆਂ ਬਣਾ ਸਕਦੇ ਹਾਂ ਸਕੂਲ 'ਚ ਮਿਡ ਡੇ ਮੀਲ ਸ਼ੈੱਡ ਬਣਾ ਸਕਦੇ ਹਾਂ ਆਪਣੇ ਆਮ ਘਰਾਂ 'ਚ ਵੀ ਪਸ਼ੂਆਂ ਵਾਲੇ ਸ਼ੈੱਡ ਬਣਾ ਸਕਦੇ ਹਾਂਗੇ ਇਹ 'ਚੋਂ ਖੇਡਣ ਲਈ ਜਿੰਨੇ ਮਰਜ਼ੀ ਗਰਾਊਂਡ ਬਣਾ ਲਓ ਬਈ ਵਾਲੀਬਾਲ ਗਰਾਊਂਡ ਖੋ ਖੋ ਗਰਾਊਂਡ ਜਿਹੜਾ ਮਰਜ਼ੀ 'ਚੋਂ ਗਰਾਊਂਡ ਬਣਾ ਲਓ ਖੇਡਣ ਵਾਸਤੇ ਵੀ ਜਿਹੜੇ ਕੱਚੇ ਘਰਾਂ ਦੇ ਜਿਹੜੇ ਫਾਰਮ ਭਰਾਏ ਜਾਂਦੇ ਨੇ ਜਾਂ ਕੱਚੇ ਘਰਾਂ ਦੇ ਪੈਸੇ ਆਉਂਦੇ ਨੇ ਤੇ ਬਹੁਤ ਸਾਰੇ ਲੋਕਾਂ ਕੋਲ ਘਰ ਵੀ ਨੀ ਹੁੰਦਾ ਗਾ ਤੇ ਉਹਦੇ ਬਾਰੇ ਵੀ ਸਾਨੂੰ ਜਿਹੜਾ ਇਹ ਤੇ ਵੀ ਸਰਪੰਚ ਬਹੁਤ ਪੱਖਪਾਤ ਕਰਦੇ ਆ ਆਪਦੇ ਲਿਹਾਜ਼ਾਂ ਵਾਲੇ ਦੇ ਘਰ ਬਣਾ ਦਿੰਦੇ ਆ ਜਿਹੜੇ ਕੋਈ ਲੋੜਵੰਦ ਹੁੰਦੇ ਆ ਉਹ ਵਿਚਾਰੇ ਉਹੋ ਜਿਹੇ ਰਹਿ ਜਾਂਦੇ ਹੈਗੇ ਇਹ ਤਾਂ ਹੁਣ ਸਕੀਮ ਚੱਲ ਰਹੀ ਆ ਬਈ ਜਨਵਰੀ 'ਚ ਐਪ ਖੁੱਲੂਗੀ ਇਹ ਪਿਛਲੇ ਸਾਲ ਵੀ ਖੁੱਲੀ ਸੀ ਮੰਨ ਲਓ ਉਹ ਸਰਪੰਚ ਦਾ ਉਹ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਨਰੇਗਾ ਸੈਕਟਰੀ ਜਿਹੜਾ ਹੁੰਦਾ ਉਹਨੂੰ ਬੁਲਾ ਕੇ ਆਨਲਾਈਨ ਉਹਦੇ ਮੋਬਾਈਲ 'ਚ ਐਪ ਚੱਲਦੀ ਉਹ 'ਚ ਫੋਟੋ ਕਰਵਾ ਸਕਦੇ ਹੋਗੇ ਜੇ ਪਰਿਵਾਰ ਬਾਕੀ ਲੋੜਵੰਦ ਆ ਤਾਂ ਇੱਕ ਟੀਮ ਚੈੱਕ ਕਰਨ ਆਊਗੀ ਉਹ ਪਾਸ ਕਰ ਜਾਣਗੇ ਤੇ 1,48,000 ਰੁਪਇਆ ਖਾਤੇ 'ਚ ਅਗਲੇ ਦੇ ਆਊਗਾ ਕਿਸ਼ਤਾਂ ਰਾਹੀਂ ਅਗਲਾ ਘਰ ਪਾ ਸਕਦਾ ਹੈਗਾ 1,48,000 ਰੁਪਇਆ ਆਉਂਦਾ ਪਹਿਲੀ ਕਿਸ਼ਤ 30,000 ਰੁਪਏ ਦੀ ਦੂਜੀ ਕਿਸ਼ਤ 72,000 ਰੁਪਏ ਦੀ ਜੀ ਤੀਜੀ ਕਿਸ਼ਤ 20,000 ਰੁਪਏ ਦੀ ਜੀ ਬਾਕੀ 28,000 ਰੁਪਇਆ ਦਿਹਾੜੀਆਂ ਦਾ ਉਹ ਖਾਤੇ ਜਿਹੜੇ ਦਿਓਗੇ ਉਹਨਾਂ ਦੇ ਵਿੱਚ ਆ ਜਾਊਗਾ ਬਈ ਇਸ ਤੋਂ ਬਿਨਾਂ ਹੋਰ ਵੀ ਜਿਹੜੇ ਮੰਨ ਲਓ ਪਿੰਡਾਂ ਦੇ ਵਿੱਚ ਜੇ ਕਹਿੰਦੇ ਸਹੂਲਤਾਂ ਲੈਣੀਆਂ ਨੇ ਤਾਂ ਸਰਪੰਚ ਤੋਂ ਕਿਹੜੀਆਂ ਸਹੂਲਤਾਂ ਜਿਹੜੇ ਸਰਪੰਚ ਪਿੰਡ ਦੇ ਕੰਮ ਕਰਵਾ ਸਕਦਾ ਗਾ ਸਰਪੰਚ ਬਾਈ ਬਾਕੀ ਪਿੰਡ ਦੇ ਸਾਂਝੇ ਕੰਮ ਹੋ ਗਏ ਨਾ ਆ ਪੈਨਸ਼ਨਾਂ ਹੋ ਗਈਆਂ ਤਾਂ ਦੱਸੀ ਤਾਂ ਤੁਹਾਨੂੰ ਕੋਈ ਸਾਗਨ ਸਕੀਮ ਹੋ ਗਈ ਇਹ ਸਕੀਮਾਂ ਨੇ ਸਾਰੀਆਂ ਹਾਂਜੀ ਹਾਂ ਇਹਦੇ 'ਚ ਸਰਪੰਚਾਂ ਨੂੰ ਬਈ ਅੱਧ ਤੋਂ ਵੱਧ ਪਤਾ ਹੀ ਨਹੀਂ ਹੁੰਦਾ ਜਾਂ ਉਹ ਕਰਨਾ ਨਹੀਂ ਚਾਹੁੰਦੇ ਆਲਸੀ ਹੋ ਜਾਂਦੇ ਪਰ ਇਹ ਬਿਲਕੁਲ ਗਲਤ ਆ ਜੇ ਬਾਈ ਲੋਕਾਂ ਨੇ ਤੁਹਾਨੂੰ ਸਰਪੰਚ ਚੁਣਿਆ ਤਾਂ ਉਹਨਾਂ ਦੇ ਨਿੱਜੀ ਕੰਮਾਂ 'ਚ ਜ਼ਰੂਰ ਕੰਮ ਆਵੋ ਅਗਲੀ ਦੀ ਭਕਾਈ ਤੋਂ ਬਚਾਓ ਸਰਪੰਚ ਥੋੜਾ ਸਾਲ ਰਹਿ ਗਿਆ ਇੱਕ ਪਿੰਡ ਬਾਕੀ ਤੇ 4 ਸਾਲ ਤੁਸੀਂ ਪੂਰੇ ਕਰ ਰਹੇ ਹਾਂਜੀ ਹਾਂਜੀ ਬਾਈ ਤੇ ਆਉਣ ਵਾਲੇ ਸਮੇਂ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਆਉਣ ਵਾਲੇ ਸਮੇਂ ਬਾਈ ਕੋਈ ਨਵਾਂ ਮੁੰਡਾ ਹੋਊਗਾ ਨਾ ਆਪਾਂ ਨਹੀਂ ਹੋਣਾ ਪਰ ਮੈਨੂੰ ਇੰਨਾ ਕਹਿਣਾ ਬਾਈ ਵੀ ਨਰੇਗਾ 'ਚ ਆਪਾਂ ਕੰਮ ਕਰਵਾਵਾਂਗੇ ਜਿਵੇਂ 5-4 ਪਿੰਡ ਦੇ ਕੰਮ ਰਹਿੰਦੇ ਆ ਉਹ ਨਰੇਗਾ 'ਚੋਂ ਕਰਾਵਾਂਗੇ ਤੇ ਲੋਕਾਂ ਨੂੰ ਵੀ ਦੱਸਾਂਗੇ ਬਈ ਹਨਾ ਜਾਗਰੂਕ ਕਰਾਂਗੇ ਵੀ ਤੁਸੀਂ ਸਰਪੰਚ ਤੋਂ ਬਿਨਾਂ ਕਿਵੇਂ ਕੰਮ ਕਰਵਾ ਸਕਦੇ ਕਿਵੇਂ ਕੰਮ ਕਰਵਾ ਸਕਦੇ ਜਿਵੇਂ ਹੁਣ ਆਮ ਆਪਣੇ ਪਿੰਡਾਂ 'ਚ ਬਈ ਬਹੁਤ ਤਕੜੇ ਪਰਿਵਾਰ ਹੁੰਦੇ ਆ ਉਹ ਪੈਸਾ ਵੀ ਲਾ ਦਿੰਦੇ ਹੈਗੇ ਹਾਂਜੀ ਹਾਂ ਪਰ ਉਹ ਐਦਾਂ ਲਾਉਣ ਦਾ ਫਾਇਦਾ ਨਹੀਂ ਬਈ ਜੇ ਕਿਸੇ ਨੇ 2,00,000 ਰੁਪਏ ਲਾਤਾ ਨਾ ਵੀ ਦਾਨ ਕਰਤਾ ਉਹ ਤੁਸੀਂ ਨਰੇਗਾ ਰਾਹੀਂ ਲਾ ਦਿਓ ਨਾਲੇ ਪੈਸੇ ਵਾਪਸ ਆ ਜਾਣਗੇ ਜਿੰਨੇ ਮਰਜ਼ੀ ਪਿੰਡ ਦੇ ਕੰਮ ਕਰਵਾਈ ਜਾਓ ਹੁਣ ਜਿਵੇਂ ਮੈਂ ਵਾਲੀਬਾਲ ਦਾ ਗਰਾਊਂਡ ਬਣਾਇਆ ਇੱਕ ਵਾਰ ਕੋਲੋਂ ਪੈਸੇ ਲਾਏ ਮੇਰੇ ਰੁਪਏ ਵਾਪਸ ਆ ਗਏ ਹੁਣ ਇੱਕ ਗਰਾਊਂਡ ਅਸੀਂ ਹੋਰ ਬਣਾ ਰਹੇ ਹਾਂ ਉਹ ਜਿਵੇਂ ਮੇਰਾ ਮਿੱਤਰ ਆ ਜਗਵਿੰਦਰ ਸਿੰਘ ਸਮਰਾ ਇਸ ਟਾਈਮ ਕੈਨੇਡਾ 'ਚ ਆ ਉਹਨਾਂ ਦੀ ਮਾਤਾ ਪਿੱਛੇ ਸਵਰਗਵਾਸ ਹੋ ਗਏ ਸੀ ਉਹਨਾਂ ਨੇ ਉਹ ਮਾਤਾ ਸਰਜੀਤ ਕੌਰ ਦੀ ਯਾਦ 'ਚ ਗਰਾਊਂਡ ਬਣਾਉਣਾ ਗਾ ਚਲੋ ਉਹ ਇੱਕ ਵਾਰ ਮੈਨੂੰ ਰੁਪਈਏ ਦੇ ਦੇਣਗੇ ਨਾ ਮੈਂ ਸਮਾਨ ਚੱਕ ਕੇ ਲਾ ਦੂੰਗਾ ਜਦੋਂ ਰੁਪਈਏ ਆ ਗਏ ਵਾਪਸ ਮੁੜ ਕੇ ਨਰੇਗਾ 'ਚੋਂ ਤਾਂ ਉਹਨਾਂ ਨੂੰ ਮੈਂ ਵਾਪਸ ਕਰ ਦੂੰਗਾ ਵੈਸੇ ਉੱਥੇ ਕਹਿ ਵੀ ਰਹੇ ਸੀ ਵੀ ਅਸੀਂ ਵਾਪਸ ਲੈਣੀ ਤੁਸੀਂ ਹੋਰ ਕੰਮ 'ਤੇ ਲਾ ਦੇਈ ਪਰ ਬਈ ਆਪਾਂ ਨੂੰ ਪਤਾ ਹੈ ਨਾ ਜਿਹਨਾਂ ਪਿੰਡ ਦੀ ਭਲਾਈ ਵਾਸਤੇ ਉਹਨੇ ਇੱਕ ਟਾਈਮ 5,00,000 ਰੁਪਇਆ ਦਿੱਤਾ ਆਪਣਾ ਵਾਪਸ ਕਰਨ ਦਾ ਹੱਕ ਹੈਗਾ ਸੋ ਇੱਦਾਂ ਕਰਕੇ ਜਿਵੇਂ ਕੋਈ ਹੈਗਾ ਬਾਹਰੇ ਗਿਆ ਮੁੰਡੇ ਉਹ ਜ਼ਰੂਰ ਬਈ ਪੰਚਾਇਤਾਂ ਦੇ ਨਾਲ ਲੱਗ ਕੇ ਪਿੰਡ ਦੇ ਵਿਕਾਸ 'ਚ ਸਾਥ ਦਿਓ ਨਿੰਦਣ ਨਾਲੋਂ ਚੰਗਾ ਬਈ ਕਿਸੇ ਦਾ ਸਾਥ ਜ਼ਰੂਰ ਦਿਓ ਇੱਕ ਸਰਪੰਚ ਸਾਹਿਬ ਤੁਹਾਨੂੰ ਇੱਕ ਹੋਰ ਦੱਸੋ ਤੇ ਮੰਨ ਲਓ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਹੁੰਦੇ ਨੇ ਉਹ ਬਹੁਤ ਸਾਰੀਆਂ ਵੱਖ ਵੱਖ ਤਰ੍ਹਾਂ ਦੀਆਂ ਪੋਲੀਟੀਕਲ ਪਾਰਟੀਆਂ ਨਾਲ ਹੁੰਦੇ ਨੇਗੇ ਤੇ ਜਿਹੜੇ ਕਈ ਵਾਰ ਸਰਕਾਰ ਆ ਜਿਹੜੀ ਓਪੋਜ਼ਿਟ ਬਣ ਜਾਂਦੀ ਹੈ ਬਿਲਕੁਲ ਬਣਦੀ ਹੈ ਬਈ ਤੇ ਕੀ ਉਹ ਵੀ ਸਰਪੰਚ ਜਿਹੜਾ ਕੰਮ ਕਰਵਾ ਸਕਦਾ ਨਹੀਂ ਉਹ ਬਈ ਸਰਪੰਚਾਂ ਦੀ ਸੋਚ ਬਿਲਕੁਲ ਹੀ ਗਲਤ ਮੰਨਦਾ ਮੈਂ ਤਾਂ ਜਿਹੜੀ ਪਾਰਟੀ ਦੀ ਸਰਕਾਰ ਆ ਹਨਾ ਉਹਦੇ ਨਾਲ ਰਲ ਕੇ ਚੱਲੋ ਜੇ ਤੁਸੀਂ ਕੋਈ ਪਿੰਡ ਦੇ ਵਿਕਾਸ ਦਾ ਕੰਮ ਕਰਵਾਉਣਾਗਾ ਤਾਂ ਤੁਹਾਨੂੰ ਸਰਕਾਰ ਦੇ ਕੋਲ ਲੱਗਣੀ ਪਊਗਾ ਠੀਕ ਹੈ ਇਹ ਹੁਣ ਵਿੱਚ ਸਰਪੰਚ ਮੈਂ ਕਾਂਗਰਸੀ ਮੈਂ ਅਕਾਲੀ ਬਈ ਕੀ ਕਰ ਲੈਣਗੇ ਪਿੰਡ ਦਾ ਉਹ ਫਿਰ ਤੁਸੀਂ ਸਰਪੰਚੀ ਛੱਡ ਕੇ ਬਈ ਕਾਂਗਰਸ ਅਕਾਲੀਆਂ ਦੇ ਪ੍ਰਤੀ ਵਫਾਦਾਰੀਆਂ ਨਿਭਾਲੋ ਇਹ ਗੱਲਾਂ ਬਿਲਕੁਲ ਗਲਤ ਨੇ ਜਿਹੜੀ ਵੀ ਪਾਰਟੀ ਦਾ ਰਾਜ ਹੈਗਾ ਉਹਦੇ ਨਾਲ ਚੱਲੋ ਪਿੰਡ ਦੇ ਵਿਕਾਸ ਦੀ ਗੱਲ ਕਰੋ ਇਹ ਗੱਲਾਂ ਨਾ ਕਰੋ ਜੀ ਉਹਨੇ ਤੁਹਾਨੂੰ ਵੋਟ ਨਹੀਂ ਪਾਈ ਜਾਂ ਉਹਨੇ ਵਿਰੋਧ ਕੀਤਾ ਇਹ ਤਾਂ ਬਈ ਲੰਡੂ ਸਰਪੰਚਾਂ ਦੇ ਕੰਮ ਨੇ ਜਿਹੜੀਆਂ ਪਾਰਟੀਵਾਜ਼ੀਆਂ 'ਚ ਵਿਚਰਦੇ ਹਨ ਤੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਸਰਪੰਚ ਨੇ ਜਿੱਥੇ ਨਹੀਂ ਕੰਮ ਹੁੰਦੇ ਜਿੱਥੇ ਲੋਕ ਹਜੇ ਵੀ ਸਹੂਲਤਾਂ ਤੋਂ ਵਾਂਝੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ
ਬਈ ਆਪ ਮੂਰੇ ਲੱਗ ਕੇ ਕੰਮ ਕਰਵਾਓ ਉਹਨਾਂ ਜਿਵੇਂ ਕੋਈ ਨਰੇਗਾ ਤੁਸੀਂ ਕੰਮ ਪਾਸ ਕਰਵਾ ਲਓ ਸਰਪੰਚ ਨੂੰ ਕਹਿ ਕੇ ਉਹਨਾਂ ਦੇ ਧਾਰ ਸਮਾਨ ਕਈ ਵਾਰ ਸਰਪੰਚ ਨੂੰ ਨਹੀਂ ਵੀ ਮਿਲਦਾ ਹੁੰਦਾ ਸਰਪੰਚ ਆਰਥਿਕ ਤੌਰ ਤੇ ਗਰੀਬ ਹੁੰਦੇ ਹੈਗੇ ਤੇ ਇੱਕ ਗੱਲ ਮੈਂ ਬਈ ਹੋਰ ਕਹਿਣਾ ਚਾਹੁੰਦਾ ਮੂਰੇ ਸਰਪੰਚੀ ਦੀਆਂ ਵੋਟਾਂ ਆ ਗਈਆਂ ਤੁਸੀਂ ਇਹ ਸੋਚ ਕੇ ਨਾ ਬੰਦਾ ਚੁਣਿਓ ਵੀ ਇਹ ਤਾਂ ਬਾਹਲਾ ਨਰਮਾ ਜੀ ਹਰੇਕ ਨੂੰ ਬੁਲਾਉਂਦਾ ਹੈਗਾ ਤੁਸੀਂ ਇਹ ਸੋਚ ਕੇ ਚੁਣਿਓ ਵੀ ਬੰਦੇ ਦਾ ਲੈਣ ਦੇਣ ਕਿਵੇਂ ਹੈਗਾ ਕਿ ਇੱਕ ਟਾਈਮ ਇਹ 10-20 ਲੱਖ ਰੁਪਏ ਦਾ ਸਮਾਨ ਚੱਕ ਕੇ ਪਿੰਡ ਚ ਲਾ ਸਕਦਾ ਆਧਾਰ ਕਿਉਂਕਿ ਆਉਣ ਵਾਲੇ ਟਾਈਮ ਚ ਨਰੇਗਾ ਤੋਂ ਜ਼ਿਆਦਾ ਕੰਮ ਚੱਲਣਗੇ ਇਸ ਲਈ ਬਈ ਬੰਦਾ ਅਜਿਹੀ ਚੁਣਿਓ ਜਿਹੜਾ ਜਿਹਨੇ ਕਿ ਜਨੂਨੀ ਹੋਵੇ ਮੰਨ ਲਓ ਵੀ 20-25 ਲੱਖ ਰੁਪਇਆ ਪਿੰਡ ਤੇ ਲਾਉਣ ਦਾ ਦਮ ਰੱਖਦਾ ਹੋਵੇ ਬਾਅਦ ਚ ਪੈਸੇ ਬੇਸ਼ੱਕ ਵਾਪਸ ਆ ਜਾਂਦੇ ਆ ਪਰ ਸਰਪੰਚਾਂ ਨੂੰ ਲਾਉਣੇ ਬਹੁਤ ਔਖੇ ਹੈਗੇ ਜਦੋਂ ਆਪਾਂ ਇੱਕ ਨਰਮ ਦੇਖ ਕੇ ਚੁਣ ਲਾਂਦੇ ਹੈਗੇ ਇਹ ਬਿਲਕੁਲ ਗਲਤ ਆ ਬਈ ਲੋਕ ਕੰਮ ਕਰਵਾ ਸਕਦੇ ਆ ਕੰਮ ਸਰਪੰਚ ਰਾਹੀਂ ਪਾਸ ਕਰਵਾਵੋ ਚਲੋ ਸਰਪੰਚ ਨਹੀਂ ਧਾਰ ਸਮਾਨ ਚੁਕਾਉਂਦਾ ਤਾਂ ਆਪ ਆਪਦੇ ਤੌਰ ਤੇ ਚੱਕ ਲਓ ਠੀਕ ਹੈ ਜੀ ਤੇ ਜਦੋਂ ਪੇਮੈਂਟਾਂ ਹੁੰਦੀਆਂ ਨੇ ਵਾਪਸ ਫੜ ਲਓ ਬਈ ਆਪਦੇ ਠੀਕ ਹੈ ਜਿਵੇਂ ਕਿਸੇ ਨੇ ਕੋਈ ਆਪਦੀ ਗਲੀ ਬਣਾਉਣੀ ਹੈ ਇੰਟਰਲੋਕ ਖੋਲਿਆ ਉਹ ਫੈਕਟਰੀ ਚੋਂ ਨਾ ਉਦੋਂ ਕੋਈ ਵਾਪਸੀ ਨਾ ਮੁਕੋ ਇੰਟਰਲੋਕ ਦਾ ਵੈਸੀ ਧਾਰ ਮਿਲ ਜਾਂਦੀ ਆ ਚਲੋ ਕੋਈ ਲੋਹਾ ਜਾਂ ਸਿਮੈਂਟ ਬਾਜਰੀ ਇਹ ਧਾਰ ਨਹੀਂ ਮਿਲਦੇ ਇਹਦੇ ਬਈ ਪੈਸੇ ਦੇ ਦੋ ਇੱਕ ਵਾਰ ਹਨਾ ਠੀਕ ਹੈ ਤੇ ਬਾਅਦ ਚ ਬਈ ਫਿਰ ਵਾਪਸ ਆ ਕੇ ਉਦੋਂ ਫੜ ਲਓ ਆਪਦੇ ਸਰਪੰਚ ਸਾਹਿਬ ਨੂੰ ਇਹ ਦੱਸੋ ਵੀ ਮੰਨ ਲਓ ਜਿਹੜੇ ਤੁਸੀਂ ਪਿੰਡ ਲੋਹਾ ਖੇੜੇ ਦੇ ਵਿੱਚ ਤੁਸੀਂ ਕੰਮ ਕਰਵਾ ਰਹੇ ਹੋ ਤੁਸੀਂ ਵਾਲੀਬਾਲ ਗਰਾਊਂਡ ਵੀ ਬਣਾਤਾ ਤੁਹਾਡੇ ਗਲੀਆਂ ਨਾਲੀਆਂ ਵੀ ਜਿਹੜੀਆਂ ਤੁਸੀਂ ਪੱਕੀਆਂ ਕਰਵਾਤੀਆਂ ਤੇ ਜਿਹੜੇ ਪਿੰਡ ਦੇ ਤੁਸੀਂ ਸਾਰੇ ਕੰਮ ਇਹ ਕਰਵਾ ਰਹੇ ਹੋ ਇਹਦੇ ਲਈ ਤੁਹਾਨੂੰ ਸਰਕਾਰ ਵੱਲੋਂ ਗ੍ਰਾਂਟ ਆਈ ਆ ਜਾਂ ਤੁਸੀਂ ਕਿਵੇਂ ਕਰਵਾ ਰਹੇ ਹੋ ਨਹੀਂ ਵੀ ਅਸਲ 'ਚ ਨਾ ਸਰਕਾਰ ਪੰਜਾਬ ਸਰਕਾਰ ਵੱਲੋਂ ਤਾਂ ਸਾਨੂੰ ਹਾਲ ਤੱਕ ਇੱਕ ਪੈਸਾ ਵੀ ਨਹੀਂ ਆਇਆ ਜਦੋਂ ਮੈਂ ਸਰਪੰਚ ਬਣਿਆਗਾ ਜ਼ਿਆਦਾ ਸੈਂਟਰ ਵੱਲੋਂ ਵਿੱਤ ਆਉਂਦੇ ਆ ਜਿਹੜੀ ਨਰੇਗਾ ਸਕੀਮ ਹੈ ਇਹ ਵੀ ਸੈਂਟਰ ਦੀ ਆ ਦੇਖੋ ਇੱਕ ਤਾਂ ਨਰੇਗਾ ਹੁੰਦੀ ਆਪਾਂ 100% ਹੀ ਨਰੇਗਾ ਤੋਂ ਕੰਮ ਕਰਵਾਉਣੇ ਹੈਗੇ ਉਹਦਾ ਸਰਪੰਚ ਦੇ ਤੌਰ ਤੇ ਆ ਗਿਆ ਜਿਹੜੇ ਵਿੱਤ ਆਉਂਦੇ ਆ ਬਈ ਇਹਨਾਂ ਵੋਟਾਂ ਮੁਤਾਬਕ ਵਿੱਤ ਆਉਂਦੇ ਸੈਂਟਰ ਵੱਲੋਂ ਮੈਂ ਉਹ ਵੀ ਨਰੇਗਾ ਰਾਹੀਂ ਕਨਵਰਟ ਕਰਕੇ ਲਾਉਣਾਗਾ ਠੀਕ ਹੈ ਤੇ ਤਾਂ ਕਰਕੇ ਬਈ ਪਿੰਡ ਦੇ 43 ਗਲੀਆਂ ਬਣ ਚੁੱਕੀਆਂ ਨੇ ਹਾਂਜੀ ਹਾਂ ਨਹੀਂ ਬਈ ਜੇ ਮੈਂ ਮੰਨ ਲਓ ਜਿਹੜਾ ਵਿੱਤ ਆਉਂਦਾ ਹੈਗਾ ਨਰੇਗਾ ਜੋ ਕੰਮ ਨਾ ਕਰਵਾਉਂਦਾ ਤਾਂ 4 ਗਲੀਆਂ ਵੀ ਨਹੀਂ ਬਣਾ ਸਕਦਾ ਸੀ ਹਾਂਜੀ ਹਾਂ ਸੋ ਬਈ ਮੈਨੂੰ ਇੱਕ ਜਨੂਨ ਆ ਹਨਾ ਮੈਂ ਆਪਣੇ ਪਿੰਡ ਨੂੰ ਪਹਿਲੇ ਪਿੰਡਾਂ 'ਚ ਲੈ ਕੇ ਆਵਾਂ ਇਹਦੇ ਲਈ ਬਈ ਚਲੋ ਰਿਸਕ ਲੈਨੇ ਹੈਗੇ ਹਾਂਜੀ ਲੈਣਾ ਵੀ ਜ਼ਰੂਰੀ ਆ ਬਈ ਜਦੋਂ ਲੋਕਾਂ ਨੇ ਇੱਕ ਆਸ ਹੀ ਲੈ ਕੇ ਸਰਪੰਚ ਚੁਣਿਆ ਨਾ ਆਪਾਂ ਉਹ ਚੀਜ਼ ਤੋਂ ਗਲਤ ਉਤਰੀਏ ਤਾਂ ਮੇਰੇ ਲਈ ਚੰਗੀ ਗੱਲ ਨਹੀਂ ਹੈਗੀ ਮੈਂ ਤਾਂ ਹੁਣ ਵੀ ਕਹਿ ਰਿਹਾ ਬਈ ਇਹਨਾਂ ਜੇ ਮੈਥੋਂ ਨਹੀਂ ਕੰਮ ਹੋਊਗਾ ਤਾਂ ਮੈਂ ਅਸਤੀਫਾ ਦੇ ਕੇ ਭਰਾ ਹੋ ਜਾਊਗਾ ਬਈ ਕੁਰਸੀ ਮੱਲ ਕੇ ਨਹੀਂ ਬਹਿੰਦਾ ਵੀ ਨਾ ਪਿੰਡ ਦਾ ਕਰਨ ਦੇ ਮਨਾ ਕਰਾਵਾਂ ਹਾਂਜੀ ਇਹ ਬਿਲਕੁਲ ਮੇਰੇ ਵਾਸਤੇ ਗਲਤ ਹੋਊਗਾ ਇੱਕ ਸਰਪੰਚ ਸਾਹਿਬ ਦੱਸੋ ਵੀ ਜਿਹੜੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਬਣਦੇ ਨੇ ਹਾਂਜੀ ਹਾਂਜੀ ਬਈ ਕਿੰਨਾਂ ਲੋਕਾਂ ਦੇ ਉਹ ਕਾਰਡ ਬਣ ਸਕਦੇ ਨੇ ਤੇ ਮੰਨ ਲਓ ਜੇ ਕੋਈ ਕਿਸੇ ਦਾ ਗਰੀਬ ਦਾ ਨਹੀਂ ਬਣਿਆ ਤਾਂ ਉਹ ਕਿਵੇਂ ਬਣਵਾ ਸਕਦਾ ਉਹ ਅਸਲ 'ਚ ਬਈ ਇੱਕ ਸਾਈਟ ਖੁੱਲਦੀ ਆ ਨਾ ਜਦੋਂ ਹਾਂਜੀ ਉਹ ਹਲੇ ਚੱਲੀ ਨਹੀਂ ਬੰਦਾ ਹੁਣ ਇਹ ਸਰਕਾਰ ਇਨਕੁਆਇਰੀ ਕਰ ਰਹੀ ਆ ਜਿਹੜੇ ਬਿਨਾਂ ਲੋੜ ਤੋਂ ਅਮੀਰਾਂ ਦੇ ਕਾਰਡ ਬਣਿਆ ਉਹ ਕੱਟ ਕੇ ਤਾਂ ਨਵੇਂ ਕਾਰਡਾਂ ਦਾ ਕੋਟਾ ਪੂਰਾ ਹੋਊਗਾ ਨਾ ਉਹ ਨਵੇਂ ਕਾਰਡ ਬਣਾਉਣਗੇ ਸਾਈਟ ਚੱਲੂਗੀ ਉਹ ਜੋ ਵੀ ਤੁਹਾਡੇ ਫੂਡ ਸਪਲਾਈ ਦਾ ਦਫ਼ਤਰ ਹੈ ਉੱਥੇ ਜਾ ਕੇ ਫਾਰਮ ਭਰ ਕੇ ਜਮ੍ਹਾਂ ਕਰਵਾ ਸਕਦੇ ਹੋਗੇ ਸ਼ਾਇਦ ਅਗਲੇ ਮਹੀਨੇ ਬਈ ਇਹ ਐਪ ਚੱਲ ਪਏ ਤਾਂ ਕਾਰਡ ਬਣ ਜਾਣਗੇ ਹਾਲ ਤੱਕ ਕੋਈ ਸਕੀਮ ਨਹੀਂ ਕਾਰਡ ਵੀ ਬਣਨਾ ਮੰਨ ਲਓ ਜੇ ਕੋਈ ਨਵੀਂ ਸਰਪੰਚ ਪੰਚ ਬਣਾਉਂਦਾ ਉਹ ਕਾਰਡ ਤਾਂ ਲੋਕ ਆਪ ਡਾਇਰੈਕਟ ਬਣਵਾ ਸਕਦੇ ਕਿ ਨਹੀਂ ਜੇ ਸਰਪੰਚ ਨਹੀਂ ਹੋ ਰਹਾ ਮੈਂ ਕੋਈ ਵੱਡੀ ਗੱਲ ਨਹੀਂ ਨੰਬਰਦਾਰ ਤੋਂ ਲਵਾ ਲਓ ਜਿਹੜਾ ਨੰਬਰਦਾਰ ਆ ਉਹਦੇ ਲਈ ਸਰਪੰਚ ਦੇ ਬਰਾਬਰ ਦੀਆਂ ਪਾਵਰਾਂ ਨੇ ਹਾਂਜੀ ਕਿਉਂ ਜਿੱਥੇ ਵੀ ਮੋਹਰ ਸਰਪੰਚ ਦੀ ਚੱਲੋ ਉੱਥੇ ਨੰਬਰਦਾਰ ਦੀ ਚੱਲ ਜਾਂਦੀ ਆ ਹਾਂਜੀ ਹਾਂ ਤਾਂ ਸਿੱਧੇ ਦਫ਼ਤਰ 'ਚ ਜਮ੍ਹਾਂ ਕਰਵਾਓ ਵੀ ਕਾਰਡ ਬਿਲਕੁਲ ਬਣੂਗਾ ਵੈਸੇ ਸਰਪੰਚਾਂ ਦੀ ਗਲਤ ਗੱਲ ਆ ਬਈ ਉਹ ਜਿਹੜੇ ਲੋੜਵੰਦਾਂ ਦੇ ਕੰਮ ਨਹੀਂ ਆਉਂਦੇ ਤੁਹਾਨੂੰ ਵੋਟ ਪਾਈ ਜਾਂ ਨਾ ਪਾਈ ਇਹ ਚੀਜ਼ ਨਾ ਦੇਖੋ ਇਹ ਦੇਖੋ ਵੀ ਬੰਦਾ ਯਾਰ ਬਾਕੀ ਲੋੜਵੰਦਾ ਹੈਗਾ ਤਾਂ ਉਹਦੇ ਜ਼ਰੂਰ ਕੰਮ ਆਵੋ ਬਈ ਪਾਰਟੀਬਾਜ਼ੀ ਨੂੰ ਹਰੇਕ ਚੀਜ਼ 'ਚ ਮੁੱਖ ਨਾ ਰੱਖੋ ਠੀਕ ਹੈ ਤੇ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਨਹੀਂ ਧੰਨਵਾਦ ਬਈ ਤੁਹਾਡਾ ਤੁਸੀਂ ਟਾਈਮ ਕੱਢ ਕੇ ਮੇਰੇ ਕੋਲ ਆਏ ਤੇ ਸਾਡੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹਨਾਂ ਬਾਰੇ ਹਾਂਜੀ ਹਾਂਜੀ ਬਈ ਦੋਸਤੋ ਅੱਜ ਤੁਹਾਨੂੰ ਅਸੀਂ ਸਰਪੰਚ ਜੱਗੀ ਸਿੱਧੂ ਲੋਹਾਖੇੜੇ ਨਾਲ ਅਸੀਂ ਗੱਲ ਕਰਵਾਈ ਆ ਤੇ ਦੱਸਿਆ ਤੁਹਾਨੂੰ ਜਿਹੜੀਆਂ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਬਹੁਤ ਸਾਰੇ ਲੋਕ ਉਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਸਹੂਲਤਾਂ ਦਾ ਜਿਹੜਾ ਉਹ ਲਾਭ ਨਹੀਂ ਪਹੁੰਚਦਾ ਗਾ ਇਸ ਕਰਕੇ ਸਾਡੀ ਇਹ ਵੀਡੀਓ ਦਾ ਮਕਸਦ ਇਹੀ ਆ ਵੀ ਜਿਹੜੀਆਂ ਸਹੂਲਤਾਂ ਆਮ ਲੋਕਾਂ ਨੂੰ ਪਿੰਡਾਂ ਦੇ ਵਿੱਚ ਮਿਲਦੀਆਂ ਨੇ ਉਹ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਪਿੰਡਾਂ ਦੇ ਵਿੱਚ ਸਰਪੰਚ ਤੋਂ ਕਿਹੜੀਆਂ ਸਹੂਲਤਾਂ ਅਸੀਂ ਲੈ ਸਕਦੇ ਹਾਂ ਅਗਰ ਤੁਹਾਡੇ ਪਿੰਡ ਦਾ ਸਰਪੰਚ ਤੁਹਾਨੂੰ ਉਹ ਸਹੂਲਤਾਂ ਨਹੀਂ ਦੇ ਰਿਹਾ ਜਾਂ ਤੁਹਾਨੂੰ ਸਾਗਨ ਸਕੀਮ ਦਾ ਪੈਸਾ ਨਹੀਂ ਲੈ ਕੇ ਦੇ ਰਿਹਾ ਜਾਂ ਤੁਹਾਡਾ ਕੋਈ ਕਾਰਡ ਨਹੀਂ ਬਣਿਆ ਜਾਂ ਤੁਹਾਡਾ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਸਰਪੰਚ ਸਾਹਿਬ ਨੇ ਦੱਸਿਆ ਵੀ ਇਸੇ ਢੰਗ ਦੇ ਨਾਲ ਤੁਸੀਂ ਜਿਹੜੇ ਆਪਣੇ ਪਿੰਡ ਦੇ ਜਿਹੜੇ ਤੁਸੀਂ ਕੰਮ ਉਹ ਕਰਵਾ ਸਕਦੇ ਹੋ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ।